ਜੀ ਦੇ ਦਰਵਾਜ਼ੇ ਤੇ ਆਖਣੇ ਨੂੰ ਜੀ ਕੋ ਪਤਾ ਕੋਈ ਨਹੀਂ ਜੋ ਬਾਬਾ ਮੇਰੀ ਦੁਆ ਸੁਣਦਾ ਕਰੇ ਹਾਏ ਦੁਆ ਦੇ ਹੱਥ ਬੁਲੰਦ ਕਰਕੇ ਅੱਜ ਬੈਠੀ ਤੂੰ ਕਾਦਰ ਹੈ ਮੁਤਲਕ ਹੈ ਤੂੰ ਅਲਾ ਕੁੱਲ ਸ਼ੈਨ ਕਦੀਰ ਹੈ ਤੂੰ ਜਿਵੇਂ ਚਾਹੇ ਕਰ ਸਕਦਾ ਹੈ ਕਹਿਣ ਕੋ ਪੁੱਤਰ ਦੇਵੇਂ ਤੇ ਧੀਆਂ ਵਾਸਤੇ ਸਿੱਖਦੇ ਰਹਵੇਂ ਕਹਿਣ ਕੋ ਧੀਆਂ ਦੇਵੇਂ ਪੁੱਤਰ ਵਾਸਤੇ ਸਿੱਖਦੇ ਰਹਿਣ ਕਹਿਣ ਕੋ ਔਲਾਦ ਢੇਰ ਦੇਵੇਂ ਜਾਇਦਾਦ ਨਾ ਦੇਵੇਂ ਅੱਲਾ ਤੇਰੀ ਮਰਜ਼ੀ ਕਹਿਣ ਕੋ ਔਲਾਦ ਜ਼ਿਆਦ ਦੇਵੇਂ ਜਾਇਦਾਦ ਨਾ ਦੇਵੇਂ ਤੇਰੀ ਮਰਜ਼ੀ ਕਹਿਣ ਕੋ ਜਾਇਦਾਦ ਦੇਵੇਂ ਔਲਾਦ ਨਾ ਦੇਵੇਂ ਤੇਰੀ ਮਰਜ਼ੀ ਮੇਰੇ ਮਾਲਿਕ ਮੈਂ ਹਾਂ ਖਾਲੀ ਵੱਲੀ ਮਾਂ ਦੀ ਧੀ ਅੱਲਾ ਮੇਰਾ ਪੁੱਤਰ ਨਾ ਹੋਵਿਆ ਮੇਰੀ ਇੱਕ ਧੀ ਹੋਵਿਆ ਜਿਹੜੀ ਹੁਣ ਮੇਰੇ ਬਾਬੇ ਕੋਲ ਵੰਨ ਕੇ ਆਖਿਆ ਨਾ ਨਾ ਅੱਜ ਅਵਤਾਰੀ ਸਾਰੇ ਘਰ ਕਰੋ ਤੇਰੀ ਜੁਰਤ ਹੈ ਤੂੰ ਕਿਵੇਂ ਨਾ ਰੋਵੇਂ ਜੇ ਕੋ ਅਲੀ ਸੁਣ ਕੇ ਰੋ ਪਈਏ ਤੂੰ ਕਿਵੇਂ ਨਾ ਰੋਵੇਂ ਮੇਰੇ ਮੌਲਾ ਦੀ ਠਾਂ ਨਿਕਲ ਗਈ ਇਵੇਂ ਐਨ ਇਵੇਂ ਦੱਸਾਂ ਪਾਣੀ ਨਾ ਲੈ ਜੀ ਦੇ ਸਰ ਤੇ ਬਹੁਤ ਸਾਰੇ ਕਿਆ ਦਿਲ ਅੱਜ ਅਵਤਾਰੀ ਤੇਰੇ ਕੋਲੇ ਬਾਬਾ ਮਿਹਰਬਾਨੀ ਫਰਮਾਇਦੇ ਸਿਰਫ ਅਵਤਾਰੀ ਨਹੀਂ ਸਹਿਰੀ ਵੀ ਤੇਰੇ ਕੋਲੇ ਬਾਬਾ ਸ਼ੁਕਰੀਆ ਫਰਮਾਇਦੇ ਸਿਰਫ ਸਹਿਰੀ ਅਵਤਾਰੀ ਨਹੀਂ ਇਹ ਜਿਹੜੀ ਹਰ ਰਾਤ ਹਜ਼ਾਰ ਰਕਤ ਨਮਾਜ਼ ਪੜ੍ਹਦਾ ਅੱਜ ਆਪਣੇ ਮੁਸੱਲੇ ਨਾਲ ਮੇਰਾ ਮੁਸੱਲਾ ਵਿਛਾਵੇਂ ਪਿਓ ਧੀ ਨਮਾਜ਼ ਇਕੱਠੇ ਪੜਸੋਂ ਹੁਣ ਰਾਜ਼ੀ ਹੈ ਬਾਬਾ ਮੈਂ ਰਾਜ਼ੀ ਮੇਰਾ ਅੱਲਾ ਰਾਜ਼ੀ ਮੈਂ ਸਦਕੇ ਦੀ ਪਵਾਂ ਇਹ ਗੱਲ ਬਾਬੇ ਨਾਲ ਕੀਤੀ ਤੇ ਮੇਰੀ ਸਹਿਣ ਉਬਾਲੀ ਤੁਰੀ ਤਵੱਜੋ ਦਾ ਨਾਮ ਅਜਲੇ ਸੋਹਦੇ ਅਗਰ ਤਵੱਜੋ ਬਰਾਬਰ ਹੋਵੇ ਤਾਂ ਵਹਿਣੀ ਬਰਾਬਰ ਹੋ ਸਕ ਜਾਂਦੀ ਤਵੱਜੋ ਘੱਟ ਹੁੰਦੀ ਉਹ ਪਿੱਛਾ ਰਹਿ ਵੈਂਦੇ ਬਾਬੇ ਨਾਲ ਗੱਲ ਕਰਕੇ ਤੇ ਸਿੱਧੀ ਊਂ ਵਹਿਣ ਕੋ ਲਈਏ ਜੇ ਕੋਈ ਸ਼ਾਮ ਵਾਲੀ ਸਹਿਣ ਛੱਡਦੇ ਆਲੀਆ ਵਹਿਣ ਬਾਬਾ ਸਾਡਾ ਮਹਿਮਾਨ ਹੈ ਅਵਤਾਰੀ ਅੱਜ ਸਾਡੇ ਕੋਲ ਕਰੇ ਸਨ ਆਲੀਆ ਬੀਬੀਆ ਦੀ ਸੋਹਣੀ ਖਬਰ ਸੁਣਾਈਏ ਮੈਨੂੰ ਗੱਲ ਭੈਣ ਦੇ ਗੱਲ ਚ ਮਾਂ ਪਾ ਕੇ ਆਦੀ ਮੈਂ ਵੱਡੀ ਹਾਂ ਤੂੰ ਮੇਰੀ ਛੋਟੀ ਭੈਣ ਹੈ ਅਗਰ ਬਾਬੇ ਅਵਤਾਰੀ ਸਾਡੇ ਕੋਲ ਕਰਨੀ ਹੈ ਤਾਂ ਮੇਰੀ ਗੱਲ ਸੁਣ ਦਸਤਰਖਾਨ ਮੈਂ ਲੈ ਸਾਂ ਸ਼ਰਬਤ ਤਿਆਰ ਮੈਂ ਕਰੇ ਸਾਂ ਬਾਬੇ ਵਾਸਤੇ ਦੁੱਧ ਤਿਆਰ ਮੈਂ ਕਰੇ ਸਾਂ ਖਾਣਾ ਮੈਂ ਪਕਾਏ ਸਾਂ ਛੋਟੀ ਸਹਿਣਾ ਦੀ ਤੇ ਮੈਂ ਬੀਬੀ ਆਦੀ ਬਸ ਤੇਰਾ ਇਹੋ ਕੰਮ ਹੈ ਤੂੰ ਚਾਹ ਕੇ ਦੇਵੇਂ ਜੋ ਮੈਨੂੰ ਸ਼ਰਮ ਆਉਂਦੀ ਹੈ ਜਿਹਦੇ ਜਿਗਰ ਚੋਂ ਹੈ ਨਿਕਲੀ ਹੈ ਮੈਨੂੰ ਜਵਾਬ ਨੇ ਦੇਖੋ ਬਾਬੇ ਕੋਲ ਸ਼ਰਮ ਆਉਂਦੀ ਹੈ ਛਤਰੀ ਬਾਜ਼ਾਰਾਂ ਚ ਤੇਰੇ ਵਾਲਿਓ ਇੱਕ ਵੇਣ ਕਰਕੇ ਆਦੇ ਚਾਦਰ ਦਿਓ ਮੈਂ ਵਧੀ ਪਰਦਾਦਾਰ ਆ ਬਾਤ ਨਾ ਬੋਲ ਮੈਂ ਅਸਾਦਾਰਾਂ ਦਾ ਨੌਕਰ